ਅੱਜ ਦੇ ਸੈਗਮੈਂਟ 'ਚ ਮੇਰਾ ਸਾਥ ਦੇਣਗੇ ਪੈਟੀ ਆਫਿਸਰ ਕੰਵਰ ਨਿੱਜਰ ਜਿਹੜੇ ਕਿ ਸਾਡੇ ਮਹਿਮਾਨ ਨੇ ਅਤੇ ਇਹਨਾਂ ਵੱਲੋਂ 21 ਅਕਤੂਬਰ ਨੂੰ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਹੜਾ ਕਿ ਪਹਿਲੀ ਵਾਰੀ ਕੈਨੇਡੀਅਨ ਆਰਮਡ ਫੋਰਸਿਸ ਵਿੱਚ ਕਰਵਾਇਆ ਜਾ ਰਿਹਾ ਹੈ। ਸਾਰਾਗੜੀ ਬਾਲ ਸਾਰਾਗੜੀ ਦੇ ਇਤਿਹਾਸ ਤੋਂ ਅਸੀਂ ਸਾਰੇ ਹੀ ਜਾਣੂ ਹਾਂ ਕਿ ਕਿਸ ਤਰੀਕੇ ਨਾਲ 21 ਸਿੱਖਾਂ ਨੇ ਬਹਾਦਰੀ ਦਾ ਜਿਹੜਾ ਨਮੂਨਾ ਦਿਖਾਇਆ ਸੀ ਉਹ ਦੁਨੀਆ ਭਰ ਦੇ ਵਿੱਚ ਅੱਜ ਈਵਨ ਮਿਲਟਰੀ ਹਿਸਟਰੀ ਵਿੱਚ ਵੀ ਪੜ੍ਹਾਇਆ ਜਾਂਦਾ ਹੈ। ਸੋ ਇਹ ਜੋ ਕੋਨਸੈਪਟ ਲੈ ਕੇ ਆ ਰਹੇ ਨੇ ਅਤੇ ਅੱਜ ਕਮਿਊਨਿਟੀ ਨੂੰ ਨਿਯੋਤਾ ਦੇਣ ਆਏ ਨੇ ਕਿ ਆਓ ਸਾਰੇ ਰਲ ਮਿਲ ਕੇ ਇਸ ਇਨੀਸ਼ੀਏਟਿਵ ਨੂੰ ਕਾਮਯਾਬ ਬਣਾਈਏ ਤਾਂ ਕਿ ਕੈਨੇਡੀਅਨ ਆਰਮਡ ਫੋਰਸਿਸ ਵਿੱਚ ਜੋ ਇਹ ਸਾਰਾਗੜੀ ਬੈਟਲ ਹੈਗੀ ਹੈ ਇਸ ਬਾਰੇ ਹੋਰ ਲੋਕਾਂ ਨੂੰ ਪਤਾ ਚੱਲ ਸਕੇ। ਆਓ ਇਸ ਬਾਰੇ ਗੱਲਬਾਤ ਕਰਦੇ ਹਾਂ ਪੈਟੀ ਆਫਿਸਰ ਕੰਵਰ ਨਿੱਜਰ ਦੇ ਨਾਲ। ਨਿੱਜਰ ਸਾਹਿਬ ਜੀ, ਆਨੂ ਵੈਲਕਮ ਟੂ ਪ੍ਰੋਗਰਾਮ। ਥੈਂਕ ਯੂ ਹਰਪ੍ਰੀਤ ਜੀ। ਥੈਂਕ ਯੂ ਜੀ। ਸੋ ਸਭ ਤੋਂ ਪਹਿਲਾਂ ਤਾਂ ਜੀ ਥੋੜ੍ਹਾ ਜਿਹਾ ਤੁਸੀਂ ਆਪਣੇ ਬਾਰੇ ਸਾਨੂੰ ਦੱਸੋ ਕਿ ਤੁਸੀਂ ਪੈਟੀ ਆਫਿਸਰ ਹੈਗੇ ਹੋ ਅਤੇ ਤੁਸੀਂ ਕੈਨੇਡੀਅਨ ਆਰਮਡ ਫੋਰਸ ਵਿੱਚ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਹੋ ਅਤੇ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਹੈਗਾ ਇਸ ਜੋਬ ਦੇ ਵਿੱਚ? ਹਾਂਜੀ, ਮੈਂ ਮਿਲਟਰੀ 'ਚ 1990 'ਚ ਜੁਆਇਨ ਕੀਤਾ। ਓਕੇ। ਐਜ਼ ਅ ਨੇਵਲ ਅਕੂਸਟਿਕ ਆਪਰੇਟਰ। ਰਾਈਟ। ਅਤੇ ਫਿਰ ਮੈਂ 4-5 ਸ਼ਿਪਾਂ 'ਤੇ ਸਰਵ ਕੀਤਾ ਅਤੇ ਫਿਰ ਮੈਂ 2003 ਵਿੱਚ ਹਿਊਮਨ ਰਿਸੋਰਸਿਸ ਐਡਮਿਨਿਸਟ੍ਰੇਟਰ ਚੇਂਜ ਕਰ ਦਿੱਤਾ। ਠੀਕ ਹੈ। ਅਤੇ ਹੁਣ ਮੈਂ ਹਿਊਮਨ ਰਿਸੋਰਸਿਸ ਸੁਪਰਵਾਈਜ਼ਰ ਹੈਗਾ। ਰਾਈਟ। ਅਤੇ ਮੇਰਾ ਸਾਰਾ ਟਾਈਮ ਬੜਾ ਚੰਗਾ ਰਿਹਾ। ਮੈਂ ਕਾਫੀ ਇੰਜੋਏ ਕੀਤਾ, ਕਾਫੀ ਸਿੱਖਿਆ। ਰਾਈਟ। ਅਤੇ ਇਹ ਤੋਂ ਕੁਝ ਚੰਗਾ ਕੰਮ ਨਹੀਂ ਮਿਲਣਾ ਸੀ। ਵੰਡਰਫੁਲ। ਐਂਡ ਉਸਦੇ ਨਾਲ ਨਾਲ ਹੁਣ ਤੁਸੀਂ ਇਹੀ ਮੈਸੇਜ ਜਿਹੜਾ ਹੈਗਾ ਕਿ ਬਈ ਇਹ ਜੋਬ ਜਿਹੜੀ ਹੈ ਇਹਦੇ ਵਰਗੀ ਹੋਰ ਜੋਬ ਕੋਈ ਨਹੀਂ ਹੈਗੀ, ਤੁਸੀਂ ਆਪਣੀ ਕਮਿਊਨਿਟੀ 'ਚ ਵੀ ਇਹ ਮੈਸੇਜ ਲੈ ਕੇ ਜਾ ਰਹੇ ਹੋ। ਨਗਰ ਕੀਰਤਨ ਹੋਵੇ ਜਾਂ ਕੋਈ ਵੱਡੇ ਕੈਂਪਸ ਹੋਣ ਜਾਂ ਕੋਈ ਹੋਰ ਸੈਮੀਨਾਰਸ ਵਗੈਰਾ ਹੋਣ, ਤੁਸੀਂ ਜਾ ਕੇ ਲੋਕਾਂ ਨੂੰ ਦੱਸ ਦਿਓ ਐਡਵਾਂਟੇਜਿਸ ਆਫ ਜੁਆਇਨਿੰਗ ਦਾ ਕੈਨੇਡੀਅਨ ਆਰਮਡ ਫੋਰਸਿਸ। ਸੋ ਉਹਦੇ ਮਤਲਬ ਸਾਨੂੰ ਦੱਸੋ ਕਿ ਤੁਹਾਡੀ ਜਿਹੜੀ ਆਊਟਰੀਚ ਹੋ ਰਹੀ ਹੈ ਕਿਸ ਤਰੀਕੇ ਦਾ ਰਿਸਪੋਂਸ ਤੁਹਾਨੂੰ ਮਿਲ ਰਿਹਾ ਹੈ ਅਤੇ ਤੁਸੀਂ ਕਮਿਊਨਿਟੀ ਤੋਂ ਕੀ ਸਹਿਯੋਗ ਮੰਗਦੇ ਹੋ ਤਾਂ ਕਿ ਹੋਰ ਸਾਡੇ ਨੌਜਵਾਨ ਜਿਹੜੇ ਹੈਗੇ ਨੇ ਉਹ ਕੈਨੇਡੀਅਨ ਆਰਮਡ ਫੋਰਸਿਸ ਵਿੱਚ ਆ ਸਕਣ? ਹਾਂਜੀ, ਮੇਨ ਥਿੰਕ ਆਪਣੀ ਕਮਿਊਨਿਟੀ ਵਿੱਚ ਮਿਲਟਰੀ ਦਾ ਹਿਸਟਰੀ ਕਾਫੀ ਹੈਗੀ ਆ, ਆਪਣਾ ਮਿਲਟਰੀ ਸਪਿਰਿਟ ਹੈਗਾ, ਜੋਸ਼ ਹੈਗਾ ਜੀ, ਅਤੇ ਅਸੀਂ ਉਹ ਜਗਾਉਣਾ ਚਾਹੁੰਦੇ ਹਾਂ। ਗਾਂ ਜਿਹੜੇ ਸਾਡੇ ਬੱਚੇ ਆ ਉਹ ਚੰਗੇ ਕੰਮਾਂ 'ਚ ਪੈਣ। ਰਾਈਟ। ਅਤੇ ਉਹਨਾਂ ਨੂੰ ਮਿਲਟਰੀ ਤੋਂ ਲੀਡਰਸ਼ਿਪ ਸਿੱਖਣ। ਫਿਰ ਜੇ ਕੋਈ 3 ਸਾਲ ਕਰਕੇ ਵੀ ਆ ਜਾਂਦਾ ਤਾਂ ਵੀ ਜਿਹੜੀ ਲੀਡਰਸ਼ਿਪ ਸਿੱਖ ਕੇ ਆਪਣੀ ਲਾਈਫ 'ਚ ਅਪਲਾਈ ਕਰਦਾ। ਬਿਲਕੁਲ। ਅਤੇ ਪਲੱਸ ਕਮਿਊਨਿਟੀ ਵਿੱਚ ਉਹ ਲੈ ਕੇ ਆਉਂਦਾ ਅਤੇ ਨਾਲੇ ਇਹਦੇ ਆਪਣੀ ਕਮਿਊਨਿਟੀ ਦਾ ਨਾਮ ਵੀ ਬਣਦਾ ਕਿ ਲੋਕ ਆਪਾਂ ਨੂੰ ਯੂਨੀਫਾਰਮ 'ਚ ਦੇਖਦੇ ਆ। ਰਾਈਟ। ਅਸੀਂ ਕੀ ਹੈਗੇ ਹਾਂ, ਸਗੋਂ ਆਪਣਾ ਨਾਮ ਵਰਲਡ ਵਾਈਡ ਬਣਦਾ। ਐਬਸੋਲੂਟਲੀ। ਅਤੇ ਇਹ ਕਰਕੇ ਅਸੀਂ ਤੁਹਾਡੀ ਹੈਲਪ, ਹੋਰ ਕਈ ਆਪਣੇ ਮੀਡੀਆ ਵਾਲੇ ਹੈਗੇ ਸਾਡੀ ਹੈਲਪ ਕਰਦੇ ਆ, ਅਸੀਂ ਕਮਿਊਨਿਟੀ ਤੋਂ ਇਹੀ ਹੈਲਪ ਮੰਗਦੇ ਹੈਗੇ। ਜਿਹੜੇ ਆਪਣੇ ਟੀਚਰ ਹੈਗੇ, ਸਕੂਲ ਹੈਗੇ ਆ, ਜਿੱਥੇ ਉਹਨਾਂ ਸਾਡੀ ਲੋੜ ਹੈਗੀ ਆ ਉੱਥੇ ਅਸੀਂ ਆਪਣੀ ਰਿਕਰੂਟਿੰਗ ਵਾਲੇ ਭੇਜਾਂਗੇ। ਰਾਈਟ। ਇਨਫੋਰਮੇਸ਼ਨ ਦੇਵਾਂਗੇ ਅਤੇ ਸਾਨੂੰ ਕਮਿਊਨਿਟੀ ਤੋਂ ਇਹੀ ਹੈਲਪ ਚਾਹੀਦੀ ਹੈ। ਹੁਣ ਸਾਨੂੰ 2-4 ਸਾਲ ਲੱਗਿਆ ਨੂੰ ਹੋ ਗਏ ਆ। ਰਾਈਟ। ਅਤੇ ਸਾਡੇ ਰਿਜ਼ਲਟਸ ਗੁੱਡ ਹੈਗੇ, ਮੁੰਡੇ ਆਪਣੇ ਆ ਰਹੇ ਹੈਗੇ ਆ। ਵੈਰੀ ਨਾਈਸ। ਅਤੇ ਹਾਂਜੀ, ਵੰਡਰਫੁਲ। ਪਰ ਉਸ ਦੇ ਨਾਲ ਨਾਲ ਜਿੱਥੇ ਤੁਸੀਂ ਇਹ ਉਪਰਾਲੇ ਕਰ ਰਹੇ ਹੋ, ਪਰ ਇੱਕ ਹੋਰ ਇਨੀਸ਼ੀਏਟਿਵ ਜਿਹੜਾ ਮੇਜਰ ਇਨੀਸ਼ੀਏਟਿਵ ਲਿਆ ਗਿਆ ਜਿਹੜਾ 21 ਅਕਤੂਬਰ ਨੂੰ ਤੁਸੀਂ ਸਾਰਾਗੜੀ ਬਾਲ ਕਰਨ ਜਾ ਰਹੇ ਹੋ। ਸਾਰਾਗੜੀ ਦਾ ਇਤਿਹਾਸ ਸਾਡੇ ਵਾਸਤੇ ਤਾਂ ਬੜਾ ਮਾਣ ਦਾ ਹੈਗਾ, ਪਰ ਮੇਨ ਸਟ੍ਰੀਮ ਵਿੱਚ ਇਸ ਬਾਰੇ ਨਹੀਂ ਕੋਈ ਬਹੁਤਾ ਪਤਾ ਹੈਗਾ। ਸੋ ਇਹ ਆਈਡੀਆ ਕਿਵੇਂ ਕੰਸੀਵ ਤੁਸੀਂ ਕੀਤਾ ਅਤੇ ਇਸ ਦੇ ਵਿੱਚ ਕੀ ਕੁਝ ਹੋਣ ਜਾ ਰਿਹਾ ਜੀ? ਹਾਂਜੀ, ਇਹਦੇ ਲਈ ਮੈਂ ਕੁਛ ਕਰਨਾ ਚਾਹੁੰਦਾ ਸੀਗਾ ਕਿ ਜਿਹੜਾ ਆਪਣਾ ਮੇਨ ਸਟ੍ਰੀਮ ਪਾਪੂਲੇਸ਼ਨ ਆ ਉਹ ਵੀ ਦੇਖੇ ਸਾਡਾ ਬੈਕਗ੍ਰਾਊਂਡ ਕੀ ਆ। ਰਾਈਟ। ਅਸੀਂ ਕੀ ਕੀਤਾ ਅਤੇ ਅਸੀਂ ਇਸ ਟਾਈਮ ਦੇਸ਼ ਲਈ ਕੀ ਕਰ ਰਹੇ ਹੈਗੇ। ਰਾਈਟ। ਅਤੇ ਇਸ ਲਈ ਫਿਰ ਮੈਂ ਕਿਹਾ ਜਿਹੜਾ ਸਭ ਤੋਂ ਬੈਸਟ ਹੈਗਾ, ਜਿਹੜਾ ਅੱਜ ਕੱਲ੍ਹ ਦਾ ਹੋਟ ਟੋਪਿਕ ਹੈਗਾ ਸਾਡੇ ਜਿਹੜੇ ਮਿਲਟਰੀ ਦੇ ਵੈਟਰਨਸ ਆ, ਅਤੇ ਫਿਰ ਮੈਂ ਇਹ ਲਈ ਸੋਚਿਆ ਕਿ ਜਿਹੜਾ ਮਿਲਟਰੀ ਵੈਟਰਨਸ ਲਈ ਇੱਕ ਫੰਡ ਇਕੱਠਾ ਕੀਤਾ ਜਾਵੇ। ਰਾਈਟ। ਅਤੇ ਇਸ ਲਈ ਹੁਣ ਮੈਂ ਆਪਣੀ ਕਮਿਊਨਿਟੀ ਤੋਂ ਸਪੋਰਟ ਮੰਗਦਾ ਹੈਗਾ ਅਤੇ ਫਿਰ ਇੱਥੋਂ ਸਾਡੇ ਜਿਹੜੇ ਮਿਲਟਰੀ ਆ ਹੈਗੇ ਆ, ਸੀਆਰਪੀ ਸਕੁਆਮਲ ਐਡਮਿਰਲ ਹੈਗਾ ਜੀ, ਅਸੀਂ ਉਹਨਾਂ ਨੂੰ ਇੰਗੇਜ ਕਰ ਰਹੇ ਹੈਗੇ ਹਾਂ। ਰਾਈਟ। ਅਤੇ ਜਿਹੜੇ ਆਪਣੇ ਸਿੱਖ ਜਾਂ ਇੰਡੀਅਨ ਮਿਲਟਰੀ 'ਚ ਸਰਵ ਕਰ ਰਹੇ ਹੈਗੇ ਆ ਉਹਨਾਂ ਉਹ ਵੀ ਇਹ 'ਤੇ ਆ ਰਹੇ ਹੈਗੇ ਆ। ਓਕੇ। ਅਤੇ ਫਿਰ ਜਿਹੜੇ ਆਪਣੇ ਪੁਲਿਸ ਹੈਗੀ ਆ, RCMP ਹੈਗੀ ਆ, ਉਹਨਾਂ ਵੀ ਇਨਵੀਟੇਸ਼ਨ ਭੇਜ ਰਹੇ ਹੈਗੇ ਆ। ਓਕੇ। ਅਤੇ ਜਿਹੜਾ ਸਾਡੀ ਹੁਣ ਮੇਜਰ ਸਪੋਰਟ ਬੈਲ ਮੀਡੀਆ ਤੋਂ ਮਿਲੀ ਹੈਗੀ ਆ ਜੀ, ਅਤੇ ਤੁਹਾਡੇ ਤੋਂ ਹੈਗੀ ਆ, ਆਜ ਮੀਡੀਆ ਤੋਂ ਹੈਗੀ ਆ, ਅਤੇ ਅਸੀਂ ਇਹ ਤੇ ਜਿਹੜੀ ਜਨਰਲ ਪਾਪੂਲੇਸ਼ਨ ਆ ਨਾ ਉਹ ਦੇਖ ਰਿਹਾ ਆ ਕਿ ਇਹ ਸਿੱਖ ਆਪਣੀ ਯੂਨੀਫਾਰਮ 'ਚ ਸਾਡਾ ਦੇਸ਼ ਆਪਣਾ ਦੇਸ਼ ਨੂੰ ਸਰਵ ਕਰਦੇ ਆ। ਰਾਈਟ। ਅਤੇ ਨਾਲੇ ਆਪਾਂ ਆਪਣੀ ਸਟੋਰੀ ਦੱਸਦੇ ਹੈਗੇ ਹਾਂ, ਕਿਉਂਕਿ ਆਪਾਂ ਵਰਲਡ ਵਾਰ 1, ਵਰਲਡ ਵਾਰ 2 ਚ ਬਹੁਤ ਸੈਕਰੀਫਾਈਸ ਕੀਤਾ, ਪਰ ਕੋਈ ਲੋਕਾਂ ਨੂੰ ਭੁੱਲ ਗਿਆ, ਲੋਕਾਂ ਨੂੰ ਪਤਾ ਨਹੀਂ ਗਾ ਦੱਸਣ ਵਿੱਚ ਅਸੀਂ। ਹਾਂਜੀ। ਸੋ ਇਸ ਇਵੈਂਟ 'ਤੇ ਆਪਣੇ ਸਟੀਵ ਪੁਰੇਵਾਲ ਹੈਗੇ ਆ, ਉਹ 35-40 ਮਿੰਟ ਬੋਲਣਗੇ, ਸਾਰਿਆਂ ਨੂੰ ਆਪਣੇ ਇਤਿਹਾਸ ਬਾਰੇ ਦੱਸਣਗੇ। ਰਾਈਟ। ਅਤੇ ਜਿੰਨਾ ਮੈਂ ਜਿਹੜਾ ਇਹ ਸਾਡਾ ਪ੍ਰੋਜੈਕਟ ਹੈ ਨਾ, ਇਹ ਕਮਿਊਨਿਟੀ ਪ੍ਰੋਜੈਕਟ ਆ। ਰਾਈਟ। ਜਿਹੜੀ ਆਪਾਂ ਨੂੰ ਇਹਦੀ PR ਮਿਲਣੀ ਆ ਉਹ ਬਹੁਤ ਜ਼ਿਆਦਾ ਮਿਲਣੀ ਹੈਗੀ ਆ। ਇੱਥੇ ਸਾਡੇ ਮਿਲਟਰੀ ਵਾਲੇ ਸਾਰੇ ਨੇ ਯੂਨੀਫਾਰਮ 'ਚ ਆਉਣਾ ਹੈਗਾ ਜੀ, ਅਤੇ ਸਾਨੂੰ ਜਿਹੜੇ ਹੈਗੇ ਆਪਣੇ ਸਪੋਂਸਰਸ਼ਿਪ ਚਾਹੀਦੀਆਂ ਹੈਗੀਆਂ,
ਤੇ ਉੱਥੇ ਅਟੈਂਡੈਂਸ ਚਾਹੀਦੀ ਹੈਗੀ ਆ। ਰਾਈਟ, ਸਾਡਾ ਗੋਲ ਤਾਂ ਹੈਗਾ 500-600 ਬੰਦਾ ਉੱਥੇ ਹੋਵੇ, ਸਾਰੇ ਮਿਲਟਰੀ ਵਾਲੇ, ਪੁਲਿਸ ਵਾਲੇ ਸਾਰੇ ਯੂਨੀਫੋਰਮ 'ਚ ਹੋਣਗੇ। ਰਾਈਟ, ਅਤੇ ਇਸ ਕਰਕੇ ਸਾਡਾ ਇੱਕ ਮੀਡੀਆ ਦਾ ਗ੍ਰੇਟ ਐਕਸਪੋਜ਼ਰ ਬਣੂਗਾ। ਰਾਈਟ, ਸੋ ਇਹ ਜਿਹੜਾ ਇਵੈਂਟ ਹੋ ਰਿਹਾ ਹੈਗਾ, ਤੁਹਾਡੀ ਬੇਸ 'ਤੇ ਹੋ ਰਿਹਾ ਹੈਗਾ ਜਾਂ ਉੱਥੇ ਕੋਈ ਤੁਹਾਡਾ ਹਾਲ ਹੈਗਾ, ਕਿੱਥੇ ਹੋ ਰਿਹਾ ਅਤੇ ਇਹਦੇ ਵਿੱਚ ਟਿਕਟਸ ਕਿੰਨੀਆਂ ਤੁਸੀਂ ਰੱਖੀਆਂ ਨੇ ਅਤੇ ਕਿੱਥੇ ਤੁਹਾਨੂੰ ਸੰਪਰਕ ਕੀਤਾ ਜਾ ਸਕਦਾ? ਹਾਂਜੀ, ਇਹ ਆਪਣਾ ਵਿਕਟੋਰੀਆ 'ਚ ਬੜਾ ਵੱਡਾ ਹਾਲ ਹੈਗਾ, ਉਹਦਾ ਨਾਮ ਹੈਗਾ ਮੈਰੀ ਵਿਨਸਪੇਅਰ। ਓਕੇ, ਉੱਥੇ ਹੋ ਰਿਹਾ ਹੈਗਾ। ਰਾਈਟ, ਅਤੇ ਇਸ ਇਹ ਕਾਫੀ ਹਾਈ ਐਂਡ ਇਵੈਂਟ ਕਰ ਰਹੇ ਹੈਗੇ ਆ, ਅਤੇ ਜਿਹੜੇ ਅਰਮਾਨ ਫੈਸ਼ਨ ਵਾਲੇ ਹੈਗੇ ਆ ਇੱਥੋਂ ਸਰੀ ਤੋਂ ਜੀ, ਉਹਨਾਂ ਨੇ ਫੈਸ਼ਨ ਸ਼ੋਅ ਵੀ ਕਰਨਾ। ਓਕੇ, ਅਤੇ ਧਾਲੀਵਾਲ ਵਾਲਿਆਂ ਨੇ ਫੂਡ ਕੇਟਰਿੰਗ ਕਰਨੀ ਆ, ਅਤੇ ਸਾਡੀ ਟਿਕਟ ਹੈਗੀ $100। ਓਕੇ, ਅਤੇ ਮੇਰਾ ਪਰਸਨਲ ਸੈੱਲ ਨੰਬਰ ਹੈਗਾ 250-920-9307। ਰਾਈਟ, ਅਤੇ ਮੈਨੂੰ ਉੱਥੇ ਕਾਲ ਕਰ ਸਕਦੇ ਆ, ਅਤੇ ਪਲੱਸ ਆਪਣੀ ਜਿਹੜੀ ਵੈਬਸਾਈਟ ਸਰ ਅਗਰ ਬਾਲ ਵੈਬਸਾਈਟ ਬਣੀ ਆ ਉਹ ਤੋਂ ਵੀ ਸਾਨੂੰ ਕੋਂਟੈਕਟ ਕਰ ਸਕਦੇ ਆ। ਓਕੇ, ਹੁਣ ਇਹ ਜੋ ਤੁਸੀਂ ਕੋਸ਼ਿਸ਼ਾਂ ਕਰ ਰਹੇ ਹੋ, ਕਮਿਊਨਿਟੀ ਨੂੰ ਅਪੀਲ ਕਰ ਰਹੇ ਹੋ, ਮਕਸਦ ਹੈਗਾ ਕਿ ਅਸੀਂ ਸਾਰੇ ਰਲ ਮਿਲ ਕੇ ਮੇਨ ਸਟ੍ਰੀਮ ਨੂੰ ਦੱਸ ਸਕੀਏ, ਅਤੇ ਖਾਸ ਤੌਰ ਉੱਤੇ ਜਿਹੜੇ ਫੰਡਸ ਇਕੱਠੇ ਹੋਣਗੇ ਉਹ ਮਿਲਟਰੀ ਵੈਟਰਨਸ ਨੂੰ ਦਿੱਤੇ ਜਾਣਗੇ, ਕਿ ਇਹ ਜੋ ਕਮਿਊਨਿਟੀ ਦੀ ਦੇਣ ਹੈਗੀ ਹੈ ਸਾਰਾਗੜੀ ਦੇ ਵਿੱਚ ਉਹਨਾਂ ਨੇ ਕੀਤਾ, ਉਹਦੇ ਇਤਿਹਾਸ ਬਾਰੇ ਜਾਣਕਾਰੀ ਮਿਲੇਗੀ, ਪਰ ਨਾਲ ਹੀ ਜਿਹੜੇ ਲੋੜਮੰਦ ਵੈਟਰਨਸ ਨੇ ਉਹਨਾਂ ਦੀ ਮਦਦ ਕੀਤੀ ਜਾਏਗੀ। ਹਾਂਜੀ, ਕਿਉਂਕਿ ਅਸੀਂ ਜਿਹੜੇ ਵੈਟਰਨਸ ਨੂੰ ਹੈਲਪ ਚਾਹੀਦੀ, ਜਿਹੜੇ ਆਪਣੇ ਐਕਸਟੈਂਡਡ ਕੇਅਰ 'ਚ ਹੈਗੇ ਆ ਅਤੇ ਬ੍ਰੌਡਮਿਡ ਲੌਜ ਵਿੱਚ ਉਹ ਕਾਫੀ ਹਾਈ ਰੈਂਕਿੰਗ ਹੈਗੇ ਆ, ਬੇਸਿਕ ਲੱਗ ਕੇ ਜਨਰਲਸ ਹੈਗੇ ਆ, ਅਤੇ ਉਹਨਾਂ ਦੀ ਹੈਲਪ ਕਰਾਂਗੇ, ਅਤੇ ਉਹਨਾਂ ਨੇ ਮਿਊਜ਼ਿਕ ਥੈਰੇਪੀ ਇੱਕ ਦੋ ਚੀਜ਼ਾਂ ਹੋਰ ਉਹਨਾਂ ਨੇ ਇੰਟਰੋਡਿਊਸ ਕਰਨਗੇ ਜਿਹਨਾਂ ਦੀ ਉਹਨਾਂ ਦੀ ਲਾਈਫ 'ਤੇ ਮੋਰ ਪੀਸਫੁਲ ਅਤੇ ਮੋਰ ਇੰਜੋਏਬਲ ਹੋਵੇ। ਰਾਈਟ, ਅਤੇ ਮੇਨ ਸਟ੍ਰੀਮ ਨੂੰ ਇਹ ਵੀ ਪਤਾ ਲੱਗੂਗਾ ਕਿ ਅਸੀਂ ਕੈਨੇਡੀਅਨ ਹਾਂ, ਕੋਈ ਅਸੀਂ ਡਿਫਰੈਂਟ ਨਹੀਂਗੇ, ਕੋਈ ਵਿਜ਼ਬਲ ਮਿਨੋਰਟੀ ਨਹੀਂਗੇ, ਅਸੀਂ ਕੈਨੇਡਾ ਦਾ ਅੰਗ ਹਾਂ, ਅਸੀਂ ਕੈਨੇਡਾ ਨੂੰ ਹੀ ਕੰਟਰੀਬਿਊਟ ਕਰ ਰਹੇ ਹਾਂ ਕਿਉਂਕਿ ਇਹ ਸਾਡਾ ਕੰਟਰੀ ਆ। ਰਾਈਟ, ਅੱਛਾ ਥੋੜ੍ਹੀ ਜਿਹੀ ਸਪੋਂਸਰਸ਼ਿਪ ਬਾਰੇ ਗੱਲ ਕਰੀਏ, ਸਾਡੇ ਭਾਈਚਾਰੇ 'ਚ ਬਹੁਤ ਸਾਰੇ ਸਾਡੇ ਬਿਜ਼ਨਸਮੈਨ ਲੋਕ ਜਿਹੜੇ ਹੈਗੇ ਨੇ, ਸਪੋਂਸਰਸ਼ਿਪ ਦੇ ਵਿੱਚ ਬਹੁਤ ਸਾਰੇ ਤੁਹਾਡੇ ਪੈਕੇਜਸ ਹੋਣਗੇ, ਸੋ ਬੇਸਿਕ ਕਿੱਥੋਂ ਸਟਾਰਟ ਕਰ ਸਕਦੇ ਹਾਂ? ਕਿ ਕੁਝ ਵੀ ਅਮਾਊਂਟ ਕੋਈ ਦੇਣਾ ਚਾਹੇ ਉਹ ਦੇ ਸਕਦਾ ਜਾਂ ਇੱਕ ਸਪੈਸੀਫਾਈਡ ਅਮਾਊਂਟ ਹੀ ਤੁਸੀਂ ਲਓਗੇ? ਅਸੀਂ ਬੇਸਿਕ ਤਾਂ ਕੋਈ ਵੀ ਦੇ ਰਾਈਟ ਉਹ ਤਾਂ ਡੋਨੇਸ਼ਨ ਕਰ ਸਕਦਾ ਹੈ। ਰਾਈਟ, ਐਜ਼ ਅ ਸਪੋਂਸਰਸ਼ਿਪ ਸਾਡਾ ਬੇਸਿਕ ਲੈਵਲ ਹੈਗਾ 1000, 2000, 3000 ਅਤੇ 5000। ਰਾਈਟ, ਅਤੇ ਉਹਨਾਂ ਦੇ ਨਾਲ ਫਿਰ ਅਸੀਂ ਟੇਬਲ ਵੀ ਦੇਵਾਂਗੇ, ਅਤੇ ਭਾਈਚਾਰੇ ਨੇ ਇਹ ਹੈ ਕਿ ਜਿਹੜੇ ਬਿਜ਼ਨਸਮੈਨ ਹੈਗੇ ਆ ਅਤੇ ਉਹਨਾਂ ਦੀ ਐਡਵਰਟਾਈਜ਼ਮੈਂਟ ਥਰੂ ਬੈੱਲ ਮੀਡੀਆ 'ਤੇ ਉੱਥੇ ਵੀ ਹੋਊਗੀ, ਅਤੇ ਜਿਹੜੇ ਆਪਣੇ ਬਿਜ਼ਨਸਮੈਨ ਹੈਗੇ ਉਹ ਜਦੋਂ ਸਾਡੀ ਹੈਲਪ ਕਰਨ। ਰਾਈਟ, ਅਤੇ ਇਹ ਗ੍ਰੇਟ ਕੌਜ਼ ਹੈਗਾ, ਕਮਿਊਨਿਟੀ ਕੌਜ਼ ਹੈਗਾ, ਇਹਦੇ ਵਿੱਚ ਮੈਨੂੰ ਕੋਈ ਪਰਸਨਲ ਗੇਨ ਨਹੀਂ, ਇਟਸ ਆਲ ਕਮਿਊਨਿਟੀ। ਵੰਡਰਫੁਲ, ਅਤੇ ਜਿਹੜੀ ਸਾਰੀ ਫੰਡਸ ਹੈਗੇ ਆ ਉਹ ਜਿਹੜੀ ਬ੍ਰੌਡਮੀਟ ਦੀ ਅਕਾਊਂਟਿੰਗ ਸਿਸਟਮ ਆ ਉਹਨਾਂ ਨੇ ਅਕਾਊਂਟ ਕਰਨੇ ਹੈਗੇ ਆ। ਠੀਕ ਹੈ, ਅਤੇ ਆਈ ਥਿੰਕ ਇਹ ਆਪਾਂ ਨੂੰ ਇੱਕ ਬੜਾ ਚੰਗਾ ਪਲੇਟਫਾਰਮ ਮਿਲਿਆ ਹੈਗਾ। ਐਬਸੋਲੂਟਲੀ, ਅਤੇ ਆਪਣੇ ਵੈਨਕੂਵਰ ਤੋਂ ਵੀ ਹੁੰਮ ਹੁੰਮਾ ਕੇ ਬੰਦੇ ਉੱਥੇ ਪਹੁੰਚਣ। ਬਹੁਤ ਖੂਬ ਜੀ, ਧੰਨਵਾਦ ਤੁਹਾਡਾ ਕਿ ਤੁਸੀਂ ਇਨੀਸ਼ੀਏਟਿਵ ਲਿਆ, ਸਾਨੂੰ ਪੂਰਾ ਆਸ ਹੈਗੀ ਹੈ ਕਿ ਕਮਿਊਨਿਟੀ ਫੁੱਲੀ ਇਸ ਨੂੰ ਸਪੋਰਟ ਕਰੇਗੀ, ਅਤੇ ਸਾਫ ਤੌਰ ਦੇ ਉੱਤੇ ਜਿਹੜੇ ਬਿਜ਼ਨਸਮੈਨ ਸਾਡੇ ਨੇ ਉਹ ਇਸ ਨੇਕ ਕਾਜ ਵਿੱਚ ਅੱਗੇ ਆ ਕੇ ਯੋਗਦਾਨ ਪਾ ਕੇ ਨਾ ਸਿਰਫ ਆਪਣੀ ਕਮਿਊਨਿਟੀ ਦਾ ਨਾਮ ਰੋਸ਼ਨ ਕਰਨਗੇ ਬਲਕਿ ਇੱਕ ਨੋਬਲ ਕੌਜ਼ ਵਾਸਤੇ ਇਹ ਜਿਹੜੇ ਪੈਸੇ ਇਕੱਠੇ ਹੋ ਰਹੇ ਨੇ ਉਹ ਵਰਤੇ ਜਾਣਗੇ। ਸੋ ਵੰਸ ਅਗੇਨ ਥੈਂਕ ਯੂ ਵੈਰੀ ਮੱਚ ਐਂਡ ਬੈਸਟ ਵਿਸ਼ਸ।